ਹੈੱਡਕੁਆਰਟਰ ਵੈਸਟਰਨ ਕਮਾਂਡ ਦੀ ਅਗਵਾਈ ਹੇਠ ਵਜਰਾ ਕੋਰ ਵੱਲੋਂ ਰਸਾਇਣਿਕ ਜੀਵ ਵਿਗਿਆਨ ਰੇਡੀਓਲੋਜੀਕਲ ਤੇ ਨਿਊਕਲੀਅਰ ਆਫਤ ਪ੍ਰਬੰਧਨ ਦਾ 2 ਦਿਨਾਂ ਵਜਰਾ ਸਹਾਇਤਾ ਅਭਿਆਸ ਕਰਵਾਇਆ ਗਿਆ ਇਸ ਦੌਰਾਨ ਐਨ ਡੀ ਆਰ ਐਫ ਦੀਆਂ 7 ਤੇ 13 ਬਟਾਲੀਆਂ ਨਾਲ ਐਸ ਡੀ ਆਰ ਐਫ ਬਟਾਲੀਅਨ ਤੇ ਪੰਜਾਬ ਰਾਜ ਨਾਗਰਿਕ ਪ੍ਰਸ਼ਾਸਨ ਦੇ ਨੁਮਾਇੰਦਿਆਂ ਸਮੇਤ ਕਈ ਫੌਜੀ ਯੂਨਿਟਾਂ ਨੇ ਹਿੱਸਾ ਲਿਆ ਉਨਾ ਸਾਰੇ ਹਿੱਸੇਦਾਰਾਂ ਦੀਆਂ ਭੂਮਿਕਾਵਾਂ ਜ਼ਿੰਮੇਵਾਰੀਆਂ ਤੇ ਮੌਜੂਦਾ ਤੇ ਭਵਿੱਖ ਦੀ ਸਮਰੱਥਾ ਤੇ ਵਿਕਾਸ ਤੇ ਵਿਚਾਰ ਵਟਾਂਦਰਾ ਕੀਤਾ ਇਸ ਦੌਰਾਨ ਰਸਾਇਣਿਕ ਗੈਸ ਦੇ ਰਿਸਾਤ ਇਤਬਾਹੀ ਨੂੰ ਘਟ ਕਰਨ ਲਈ ਰਾਜ ਪ੍ਰਸ਼ਾਸਨ ਦੀ ਮੰਗ ਦੇ ਆਧਾਰ ਤੇ ਭਾਰਤੀ ਫੌਜ ਦੀਆਂ ਵੱਖ-ਵੱਖ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਦੀ ਭਾਗੀਦਾਰੀ ਨੇ ਇੱਕ ਤਾਲਮੇਲ ਤੇ ਸਾਂਝੀ ਜਵਾਬੀ ਰਣਨੀਤੀ ਦੇ ਵਿਕਾਸ ਨੂੰ ਯਕੀਨੀ ਬਣਾਇਆ